ਪਾਸ ਜਿੱਥੇ ਉਮੀਦਵਾਰਾਂ ਤੇ ਵਰਕਰਾਂ ਵਿੱਚ ਚੋਣ ਨਤੀਜਿਆਂ ਨੂੰ ਲੈ ਕੇ ਉਤਸ਼ਾਹ ਭਰਿਆ ਹੋਇਆ, ਉੱਥੇ ਅਬੋਹਰ ਦੇ ਹਲਵਾਈਆਂ ਦੇ ਚਿਹਰਿਆਂ ਤੇ ਵੱਖਰੀ ਹੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਹੁਣ ਤੁਸੀਂ ਸੋਚੋਗੇ ਕਿ ਇਸ ਵਿੱਚ ਮਿਠਾਈ ਵਾਲਿਆਂ ਦੀ ਗੱਲ ਕਿੱਥੋਂ ਆਈ। ਜੀ ਹਾਂ, ਅਬੋਹਰ ਦੇ ਹਲਵਾਈਆਂ ਕੋਲ 23 ਮਈ ਆਉਣ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਮਿਠਾਈ ਦੇ ਆਰਡਰ ਬੁੱਕ ਹੋ ਚੁੱਕੇ ਨੇ, ਜਿਸ ਦੇ ਚੱਲਦਿਆਂ ਅਬੋਹਰ ਦੇ ਹਲਵਾਈ ਦਿਨ ਰਾਤ ਮਿਠਾਈ ਬਣਾਉਣ ਵਿੱਚ ਲੱਗੇ ਹੋਏ ਨੇ। ਹਾਂਜੀ ਹਾਂਜੀ, ਲੱਡੂ ਹਮ ਬਣਾਉਣੇ ਲੱਗੇ ਹੋਏ ਦਿਨ ਰਾਤ। ਇਲੈਕਸ਼ਨ ਕੇ ਟਾਈਮ ਹੈ, ਬਹੁਤ ਦਿਨ ਰਾਤ ਹਮਕੋ ਆਰਡਰ ਆ ਰਹੇ ਹੈ, ਵਰਗ ਬਰਾਬਰ ਆਰਡਰ ਆ ਰਹੇ ਦਵਾ ਦਬ, ਔਰ ਇਲੈਕਸ਼ਨ ਕੇ ਟਾਈਮ ਹੈ, ਰਿਜ਼ਲਟ ਆਉਣੇ ਵਾਲਾ ਹੈ, ਇਸ ਵੇਲੇ ਦਿਨ ਰਾਤ ਹਮ ਲੱਡੂ ਲੱਗੇ ਹੋਏ। ਹਾਂਜੀ, ਹਮਕੋ ਆਰਡਰ ਮਿਲਾ ਹੁਆ ਹੈ, ਹਮਾਰੇ ਮਾਲਿਕ ਕੋ ਆਰਡਰ ਮਿਲਾ ਹੁਆ ਹੈ, ਹਮ ਲੱਡੂ ਬਣਾਉਣੇ ਮੇਂ ਲੱਗੇ ਹੋਏ ਹੈ, ਦਿਨ ਰਾਤ ਇੱਕਦਮ ਲੱਡੂ ਬਣਾ ਰਹੇ ਹੈ ਹਮ ਲੋਕ। ਇਤਨਾ ਬੜਾ ਆਰਡਰ ਹੈ ਕਿ ਹਮ ਦਿਨ ਰਾਤ ਇੱਕਦਮ ਮਿਹਨਤ ਕਰਨੇ ਪੇ ਇੱਕਦਮ ਲੱਗੇ ਹੋਏ ਹੈ। ਹਮੇ ਖੁਸ਼ੀ ਕਾ ਮਾਹੌਲ ਹੈ, ਕੋਈ ਵੀ ਜਿੱਤੇਗਾ ਜਾਂ ਕੋਈ ਵੀ ਹੋ, ਹਮਕੋ ਬਹੁਤ ਖੁਸ਼ੀ ਹੈ। ਹਮਕੋ ਆਰਡਰ ਮਿਲਾ ਹੁਆ ਹੈ, ਹਮ ਲੱਡੂ ਬਣਾਉਣੇ ਮੇਂ ਇੱਕਦਮ ਲੱਗੇ ਹੋਏ ਹੈ। ਹਾਂਜੀ, ਅੱਜ ਹੀ ਇਲੈਕਸ਼ਨ ਦਾ ਮਾਹੌਲ ਹੈ ਜੀ, ਤੁਹਾਨੂੰ ਪਤਾ ਇਲੈਕਸ਼ਨ ਖਤਮ ਹੋ ਚੁੱਕੇ ਹੁਣ, ਲਾਸਟ ਜਿਹੜਾ ਚਰਨ ਸੀ 19 ਤਰੀਕ ਨੂੰ, ਅਤੇ ਰਿਜ਼ਲਟ ਆਉਣਾ 23 ਤਰੀਕ ਨੂੰ। ਸਾਰਿਆਂ ਨੂੰ ਬੜੀ ਬੇਸਬਰੀ ਦਾ ਇੰਤਜ਼ਾਰ ਹੈ, ਅਤੇ ਹਰੇਕ ਨੂੰ ਇਹ ਵੀ ਸਾਡਾ ਉਮੀਦਵਾਰ ਜਿੱਤੂਗਾ, ਚਾਹੇ ਉਹ ਅਕਾਲੀ ਦਲ ਦਾ ਹੈ, ਚਾਹੇ ਕਾਂਗਰਸ ਪਾਰਟੀ ਦਾ, ਚਾਹੇ ਬੀਜੇਪੀ ਦਾ। ਅਤੇ ਸਾਰਿਆਂ ਨੂੰ ਆਪਦੀ ਖੁਸ਼ੀ ਦਾ ਇਜ਼ਹਾਰ ਕਰਨਾ ਹੁੰਦਾ, ਕਿਉਂਕਿ ਕਿਸੇ ਦਾ ਉਮੀਦਵਾਰ ਕਿਤੇ ਖੜ੍ਹਾ ਹੁੰਦਾ, ਕਿਸੇ ਦਾ ਕਿਤੇ ਖੜ੍ਹਾ ਹੁੰਦਾ ਹੈ, ਖੁਸ਼ੀ ਦੇਖਦੇ ਮਨ 'ਚ ਹੁੰਦੀ ਹੈ। ਅਤੇ ਸਾਡਾ ਪੰਜਾਬ ਹੀ ਨਹੀਂ ਬਲਕਿ ਪੂਰੇ ਹਿੰਦੁਸਤਾਨ ਕਿ ਪੂਰੀ ਦੁਨੀਆਂ ਦੇ ਵਿੱਚ ਜਿੱਥੇ ਸਾਡੇ ਪੰਜਾਬੀ ਬੈਠੇ ਹੈ ਜਾਂ ਹਿੰਦੁਸਤਾਨੀ ਭਾਰਤੀ ਬੈਠੇ ਹੈ, ਲੱਡੂ ਨਾਲ ਮੂੰਹ ਮਿੱਠਾ ਕਰਾਉਣਾ ਬੜਾ ਹੀ ਸ਼ਗਨ ਕਹਿੰਦੇ ਆ। ਚਾਹੇ ਹੋਰ ਕਿਸੇ ਮਿਠਾਈਆਂ ਨੂੰ ਤਰਜੀਹ ਦੇਣ ਚਾਹੇ ਨਾ ਦੇਣ, ਲੱਡੂ ਨਾਲ ਮੂੰਹ ਮਿੱਠਾ ਕਰਾਉਣਾ ਸਾਡੇ ਇਹ ਸਾਡੇ ਕਲਚਰ 'ਚ ਲਾ ਲਓ, ਇਹ ਬੜਾ ਵੱਡਾ ਸਾਡਾ ਹਿੱਸਾ ਹੈ, ਲੱਡੂ ਨਾਲ ਮੂੰਹ ਮਿੱਠਾ ਕਰਾਉਣਾ। ਸੋ ਉਸ ਹਿਸਾਬ ਦੇ ਨਾਲ 23 ਨੂੰ ਰਿਜ਼ਲਟ ਆਉਣਾ ਹੈ, ਸਾਨੂੰ ਵੀ ਬੜੀਆਂ ਪਾਰਟੀਆਂ ਵੱਲੋਂ ਆਰਡਰ ਮਿਲੇ ਹੋਏ ਆ ਲੱਡੂਆਂ ਦੇ, ਜਿਵੇਂ ਜਿਵੇਂ ਰਿਜ਼ਲਟ ਜਿਹਦੇ ਉਮੀਦਵਾਰ ਜਿੱਤਣਗੇ ਉਹ ਆਪਦੇ ਹਿਸਾਬ ਨਾਲ ਲੱਡੂ ਲਿਜਾਣਗੇ, ਅਤੇ ਉਹ ਨਾ ਜਿੱਥੇ ਲੋਕਾਂ ਵਿੱਚ ਵੀ ਵੰਡਣਗੇ, ਆਪਦੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਵੀ ਲੱਡੂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਉਹ ਪ੍ਰਗਟ ਕਰਨਗੇ। ਸੋ ਸਾਡੇ ਕਾਰੀਗਰ ਵੀ ਲੱਗੇ ਹੋਏ ਆ ਲੱਡੂ ਬਣਾਉਣ 'ਤੇ ਜੀ, ਅਤੇ ਕੰਮ ਚੱਲ ਰਿਹਾ, ਦੇਖੋ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਵਾਰ ਜਿੱਤ ਕਿਸ ਦੀ ਝੋਲੀ ਵਿੱਚ ਜਾਵੇਗੀ, ਪਰ ਅਕਾਲੀ ਦਲ ਦੇ ਵਰਕਰ ਪਹਿਲਾਂ ਹੀ ਆਪਣੇ ਉਮੀਦਵਾਰ ਜਿੱਤਣ ਦਾ ਦਾਅਵਾ ਕਰ ਚੁੱਕੇ ਨੇ, ਤੇ ਹਲਵਾਈਆਂ ਕੋਲ ਪਹਿਲਾਂ ਹੀ ਮਿਠਾਈਆਂ ਦੇ ਆਰਡਰ ਬੁੱਕ ਕਰਾ ਚੁੱਕੇ ਨੇ। 23 ਮਈ ਨੂੰ ਜਿਹੜੀ ਲੋਕ ਸਭਾ ਦੀ ਗਿਣਤੀ ਹੋਣ ਜਾ ਰਹੀ ਹੈ, ਉਸ ਨੂੰ ਲੈ ਕੇ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਉੱਤੇ ਪੂਰੀ ਜ਼ੋਰਾਂ ਸ਼ੋਰਾਂ ਨਾਲ ਤਿਆਰੀ ਹੈ। ਸਾਡੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਜੱਟ ਪਾਰਟੀ ਜਿਹੜੇ ਵਰਕਰ ਹੈ, ਉਹਨਾਂ ਨੇ ਪੂਰੀ ਤਿਆਰੀ ਕਰ ਰੱਖੀ ਹੈ, ਪਟਾਕੇ ਲੈ ਰੱਖੇ, ਉਹਨਾਂ ਨੇ ਮਠਿਆਈਆਂ ਦੇ ਆਰਡਰ ਦੇ ਰੱਖੇ ਹੈ। ਬੜਾ ਜਸ਼ਨ ਆ, ਬੜਾ ਉਤਸ਼ਾਹ ਹੈ ਵਰਕਰਾਂ ਦੇ ਵਿੱਚ, ਬੜਾ ਜੋਸ਼ ਹੈ ਵਰਕਰਾਂ ਦੇ ਵਿੱਚ, ਔਰ ਭਾਰੀ ਲੀਡ ਨਾਲ ਜਿੱਤ ਕੇ ਅਸੀਂ ਜਿਹੜੀ ਸੀਟ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਝੋਲੀ ਦੇ ਵਿੱਚ ਪਾਵਾਂਗੇ। ਹਾਂਜੀ ਸਰ, ਸਾਡਾ ਹਲਕਾ ਫਿਰੋਜ਼ਪੁਰ ਜੋ ਪਾਰਲੀਮੈਂਟ ਦਾ ਸੀ, ਇਹਦੇ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਬਹੁਤ ਵੱਡੀ ਲੀਡ ਦੇ ਨਾਲ ਜਿੱਤਣ ਜਾ ਰਹੇ ਆ। ਹਰ ਹਲਕੇ ਦੇ ਵਿੱਚ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ, ਅਤੇ ਉਮੀਦ ਕਰਦੇ ਹਾਂ ਬੜੀ ਭਾਰੀ ਲੀਡ ਦੇ ਨਾਲ ਇਹ ਸੀਟ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਵੱਲੋਂ ਜਿੱਤੀ ਜਾਣੀ ਆ। ਉਹਦੇ ਸਵੱਛ ਜਸ਼ਨ ਮਨਾਉਣ ਲਈ ਸਾਰੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ, ਤੋ ਜਿੰਨਾ ਵੀ ਵਰਕਰਾਂ ਦੇ ਚਾਹ ਉਸ ਹਿਸਾਬ ਨਾਲ ਜੋ ਮਠਿਆਈਆਂ ਵਗੈਰਾ ਦਾ ਪ੍ਰਬੰਧ ਕਰਕੇ 23 ਤਰੀਕ ਨੂੰ ਇਹ ਸੀਟ ਆ ਜਿਹੜੀ ਜਿੱਤ ਕੇ ਬੜੇ ਵੱਡੇ ਜਸ਼ਨ ਦੇ ਨਾਲ ਅਸੀਂ ਸਾਰਾ ਕਰਾਂਗੇ।